में मकतूल कौन है ऐ कर न कर तेरा मुकद्दर है पत्ता इछाई लगदा है जो दीन ते धियां कहने रो अल्हम्दुलिल्लाह सोनी है कि इतनी है तेरी इन्हां दा साया कायम रहवे देर देर तक जींदे रहन शजरे आबाद होने अल्लाह मरहूमीन दे दर्जात बुलंद फरमाए। मैं कोई लंबी तफसील नहीं वेंदा क्योंकि वक्त इतने टाइम दी भी पाबंदी है। मेरे बाद मेरे इज्जत अल वीर पढ़ने वक्त शनास जाकिरम भेण मेरावन दा माशाल्लाह माशाल्लाह जितनी देर दरबार च लगी भेण दर ते खड़ी रही मैं हर मातमी दा चेहरा खड़ लेदा ਜਿਹੜੇ ਬੰਦੇ ਹਾਏ ਨਹੀਂ ਕੀਤੀ ਕੋਈ ਮਿਹਨਤ ਤਾਂ ਨਹੀਂ ਸਿਰਫ ਖੜੀ ਨਹੀਂ ਰਹੀ ਸਿਰਫ ਬਿਨਾ ਦੁਆ ਮੰਗਦੀ ਰਹੀ ਹੈ ਮੇਰਾ ਅੱਲਾਹ ਸਾਲਾ ਮੇਰੇ ਹੁਸੈਨ ਨੂੰ ਖੈਰ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਦੇਰ ਨਹੀਂ ਲੱਗਦੀ ਬਾਬਾ ਦਫਰ ਸ਼ਾਦੀ ਦੇ ਬੰਦੇ ਹਾਜ਼ਰ ਹੋਣ ਤਾਂ ਕਬੂਲੀਅਤ ਦਵੇ ਲਈ ਮੰਗਣ ਪਿੰਨਣ ਦਾ ਟਾਈਮ ਹੈ ਵਕਤ ਦਾ ਮੁਹਤਾਜ ਨਹੀਂ ਹੁਸੈਨ ਦਾ ਜ਼ਿਕਰ ਨਾ ਬੰਦਿਆਂ ਦਾ ਮੁਹਤਾਜ ਹੈ ਮੈਂ ਤੋੜ ਤੱਕ ਮਾਤਮੀ ਦਾ ਚਿਹਰਾ ਖੜਾ ਦੇਖਦਾ ਜਿਵੇਂ ਅੱਲਾਹ ਦੀ ਨਮਾਜ਼ ਨੀਅਤ ਨਾਲ ਮੈਂ ਹੁਸੈਨ ਦਾ ਜ਼ਿਕਰ ਸੁਭਾਨ ਤੁਹਾਡੀ ਜ਼ਿੰਦਗੀ ਹੋ ਰਹੀ ਇਹ ਹਾ ਬਜਲੇ ਤੁਹਾਡੇ ਕਲੇਜੇ ਚ ਜਿਹੜੀ ਹਾਏ ਨਿਕਲੀਏ ਇਹ ਦੁਆ ਏ ਮਜਲਿਸ ਏ ਮੈਂ ਕੀ ਆਖਿਆ ਵੱਲਾ ਹੁਸੈਨ ਦਰ ਤੇ ਭੈਣ ਮੇਰਾ ਦੇ ਚਿਹਰੇ ਦੀ ਆਸ਼ਿਕ ਭੈਣ ਮੇਰਾ ਦਾ ਮਿਜ਼ਾਜ ਸਮਝਣ ਵਾਲੀ ਭੈਣ ਆਓ ਵਿਸ਼ਵਨ ਸਦਕੇ ਥੀ ਵਾ ਮੇਰਾ ਦੇ ਚਿਹਰੇ ਦਾ ਰਿਠੇ ਹਾਜ਼ਰ ਹੈ ਤਾਂ ਤੇਰੀ ਹਾਇ ਥੀ ਸੀ ਮੇਰਾ ਦੇ ਚਿਹਰੇ ਦਾ ਰਿਠੇ ਠੰਡਾ ਸਾਹਿਬ ਵਰ ਕਹਿੰਦੇ ਸਦਾ ਮੇਰੇ ਨੇ ਆਪ ਦੇਖਿਆ ਹੈ ਗਰੀਬਾਂ ਦੇ ਬਈਅਤ ਜਾਂ ਵਤਨ ਛੋੜ ਜਿਹੜਾ ਮੈਨੂੰ ਬੈਠਾ ਦੇ ਦੇ ਉਹਦੀ ਹਾਇ ਕਿਵੇਂ ਨਾ ਨਿਕਲੇ ਮਜਲੇ ਸੀ ਹਾਜ਼ਰ ਹੋਵੇ ਮੈਂ ਗਰੀਬ ਦੀ ਗੁਰਬਤ ਬਣਾ ਬੀਬੀ ਆਦੀ ਜਵਾਬ ਕਿਹੜਾ ਦਿੱਤੇ ਸੈਦ ਅਰੇ ਮੈਂ ਹੁਸੈਨ ਆ ਮੈਂ ਫਾਸਕ ਫਾਜ਼ਰ ਦੀ ਬਈਅਤ ਨਹੀਂ ਕਰਨੀ ਮੈਂ ਵਤਨ ਛੋੜਨਾ ਮੈਂ ਤੇਰੇ ਕਲੇਜੇ ਦਾ ਅੰਦਾਜ਼ਾ ਘਿਰਣਾ ਜੋ ਇਸ ਵੇਲੇ ਜਿਹੜਾ ਬੈਠਾ ਹੈ ਉਹਦੇ ਜਿਗਰ ਚ ਦਰਦ ਕਿਤਨਾ ਹੈ ਘਿਰਾ ਆਖੇ ਵਤਨ ਛੋੜਨੇ ਭੇਰ ਖੜੀ ਆਦੀ ਹੈ ਤੇਰੀ ਡੇਰੇ ਮੈਂ ਬੁਰਕਾ ਪਾਈ ਮੈਂ ਸੁਲਝੇ ਅੱਲਾ ਦਾ ਰੰਗ ਖੜਾ ਪੜਦਾ ਆਬਾਦ ਰਹੇ ਆਬਾਦ ਰਹੇ ਆਬਾਦ ਰਹੇ ਸੁਭਾਨ ਅੱਲਾਹ ਸੁਭਾਨ ਅੱਲਾਹ ਮੈਂ ਕਾਇਨਾਤ ਕੁਰਬਾਨ ਕਰ ਦੇਵਾਂ ਮੇਰੇ ਵੇਖੇ ਮੈਂ ਬੁਰਕਾ ਇਹ ਲੰਬੀ ਤਫਸੀਲ ਹੈ ਮਜ਼ਮੂਨ ਦੀ ਨਹੀਂ ਪੜਦਾ ਠੰਡਾ ਸਾ ਵਰੇਸ ਦੁਆ ਹੋਵੇ ਤਾਂ ਮੈਂ ਸਤ ਰੱਖ ਅੱਬਾਸ ਜੀ ਸਰਦਾਰ ਹੋਵੇ ਸ਼ੀਆ ਬੈਠਾ ਮੰਜਣੇ ਸੀ ਹੋਵੇ ਮੈਂ ਗੁਰਪਤ ਦੀ ਸਤਰ ਫੜਾ ਆਉਂਦੀ ਹਾਏ ਨੱਥੀ ਹੋਏ ਅੱਬਾਸ ਦੇ ਫਰਸ ਦੇ ਕੇ ਸ਼ਬੀਰ ਖੜਾ ਦੇ ਨਹੀਂ ਰਾਹਣ ਦੇਂਦੇ ਉਹ ਤਾਂ ਅਮੀਰ ਹੈ ਜਿਹਦੀ ਹਾਏ ਨਹੀਂ ਥਈ
مدینے دا سردار کھڑا ہے نہیں رہن دے دے چجرے آواز الحمدللہ کون ریایا کرسیاں